ਸਾਡੇ ਅਸੀਂ 2 ਮਹੀਨੇ ਤੋਂ ਲਗਾਤਾਰ ਕਰੋਨਾ ਲੜਾਈ ਲੜ ਰਹੇ ਹਾਂ ਸਾਨੂੰ ਬੜੀ ਅੱਛੀ ਕੁਆਲਿਟੀ ਦਾ ਸਮਾਨ ਪ੍ਰੋਵਾਈਡ ਹੋ ਰਿਹਾ ਸੀਗਾ ਬਟ ਪਿਛਲੇ 1.5 ਹਫਤੇ ਤੋਂ ਸਾਨੂੰ ਜਿਹੜਾ ਸਮਾਨ ਪ੍ਰੋਵਾਈਡ ਹੋ ਰਿਹਾ ਹੈ ਉਹ ਬਹੁਤ ਘਟੀਆ ਕੁਆਲਿਟੀ ਦਾ ਸਮਾਨ ਪ੍ਰੋਵਾਈਡ ਹੋ ਰਿਹਾ ਹੈ ਜਿਹਦੇ ਕਰਕੇ ਸਾਡਾ 4 ਸਟਾਫ ਇਸ ਬਿਮਾਰੀ ਚਪੇਟ 'ਚ ਆ ਚੁੱਕਿਆ ਹੈ ਅਸੀਂ ਪਹਿਲਾਂ ਵੀ ਚਿੱਠੀ ਲਿਖ ਕੇ ਦੇ ਚੁੱਕੇ ਹਾਂ ਕਿ ਸਾਨੂੰ ਇਸ ਕੁਆਲਿਟੀ ਦਾ ਸਮਾਨ ਮਨਜ਼ੂਰ ਨਹੀਂ ਹੈ ਬਟ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਗਈ ਬਟ ਹੁਣ ਜਦ ਸਾਡੇ ਨਾਲ ਦੇ ਸਾਡੇ ਜਿਹੜੇ ਭਾਈ ਭੈਣ ਨੇ ਉਹ ਬਿਮਾਰੀ ਚਪੇਟ 'ਚ ਆਉਣ ਲੱਗ ਪਏ ਨੇ ਸਾਡੇ ਤੋਂ ਇਹ ਬਰਦਾਸ਼ਤ ਨਹੀਂ ਹੋ ਸਕਦਾ ਫੌਜ ਦੇ ਵਿੱਚ ਜਦ ਵੀ ਕੋਈ ਆਪਣਾ ਫੌਜੀ ਮਰਦਾ ਹੈ ਸਭ ਤੋਂ ਜ਼ਿਆਦਾ ਦੁੱਖ ਉਹਦੇ ਨਾਲ ਦੇ ਫੌਜੀ ਨੂੰ ਹੁੰਦਾ ਹੈ ਇਦਾਂ ਹੀ ਸਾਡੇ ਜਿਹੜੇ ਨਾਲ ਦੇ ਹੈ ਸਾਡੇ ਫੌਜੀ ਨੇ ਜਿਹੜੇ ਲੜ ਰਹੇ ਨੇ ਉਹ ਇਸ ਬਿਮਾਰੀ ਚਪੇਟ 'ਚ ਆਉਣ ਲੱਗ ਪਏ ਕਿਉਂਕਿ ਸਾਨੂੰ ਘਟੀਆ ਕੁਆਲਿਟੀ ਦਾ ਸਮਾਨ ਪ੍ਰੋਵਾਈਡ ਹੋ ਰਿਹਾ ਹੈ ਸਾਡੇ ਆਲਰੇਡੀ 4 ਬੰਦੇ ਪੋਜ਼ਿਟਿਵ ਆ ਚੁੱਕੇ ਹੈ ਇਸ ਦੇ ਬਾਵਜੂਦ ਵੀ ਸਾਡਾ ਸਟਾਫ ਹੱਲੇ ਵੀ ਆਈਸੋਲੇਸ਼ਨ ਵਾਰਡ ਦੇ ਵਿੱਚ ਇਹਨਾਂ ਘਟੀਆ ਕਿੱਟਾਂ ਦੇ ਨਾਲ ਕੰਮ ਕਰ ਰਿਹਾ ਵਾ ਅਸੀਂ ਸਰਕਾਰ ਨੂੰ ਇਹ ਦਰਖਾਸਤ ਕਰਾਂਗੇ ਕਿ ਸਾਨੂੰ ਵਧੀਆ ਸਮਾਨ ਦਿੱਤਾ ਜਾਵੇ ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀਗਾ ਅਸ਼ਿਵਾ ਟੈਕਸਟਾਈਲ ਵਰਗੀਆਂ ਘਟੀਆ ਕੰਪਨੀਆਂ ਦਾ ਸਾਨੂੰ ਸਮਾਨ ਨਾ ਦਿੱਤਾ ਜਾਵੇ ਸਰਕਾਰ ਨੂੰ ਵੀ ਪਤਾ ਉਹਨਾਂ ਕੋਲ ਲਿਮਿਟਡ ਸੋਰਸਸ ਆਫ ਮੈਨ ਪਾਵਰ ਹੈਗੀ ਆ ਜੇ ਸਰਕਾਰ ਇਹ ਚੀਜ਼ ਬਾਰੇ ਨਹੀਂ ਸੋਚੇਗੀ ਜੇ ਸਮਾਨ ਦੇ ਦੁੱਖੋਂ ਹੀ ਸਾਡੇ ਵਰਕਰ ਗਿਰਨ ਲੱਗ ਗਏ ਤਾਂ ਫਿਰ ਲੋਕਾਂ ਨੂੰ ਬਚਾਉਣਾ ਤਾਂ ਬਹੁਤ ਮੁਸ਼ਕਲ ਹੈ ਅੱਛੀ ਕੁਆਲਿਟੀ ਦਾ ਮੇਕ ਇਨ ਇੰਡੀਆ ਦਾ ਮੋਦੀ ਜੀ ਦਾ ਨਾਰਾ ਹੈਗਾ ਪਰ ਮੇਕ ਇਨ ਇੰਡੀਆ ਵਿੱਚ ਪ੍ਰੋਪਰ ਕੁਆਲਿਟੀ ਵਰਕ ਵੀ ਤਾਂ ਹੋਣਾ ਚਾਹੀਦਾ ਇਕੱਲਾ ਮੇਕ ਇਨ ਇੰਡੀਆ ਦਾ ਮਾਸਕ ਤੁਸੀਂ ਵੀ ਲਾਇਆ ਹੋਇਆ ਪਰ ਤੁਸੀਂ ਇਹ ਮਾਸਕ ਲਾ ਕੇ ਆਈਸੋਲੇਸ਼ਨ ਵਾਰਡ 'ਚ ਚੱਲੋਗੇ ਤਾਂ ਨਾਲ ਹੀ ਬਿਮਾਰ ਹੋ ਜਿਹੜਾ ਮਾਸਕ ਹੁੰਦਾ ਜਿਹੜਾ ਨਾਰਮਲ ਮਾਸਕ ਹੁੰਦਾ ਉਹਦੇ ਤੇ ਪੇਸਟ ਨਹੀਂ ਕੀਤੀ ਹੁੰਦੀ ਹੈ ਇਹਦਾ ਕਰਕੇ ਇਹ ਨਾਟ ਸਿੱਧਾ ਨਹੀਂ ਹੁੰਦਾ ਇਹ ਸਿੱਧਾ ਹੈ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਸਪੀਟਲਾਂ ਵਿੱਚ ਡਾਕਟਰਾਂ ਨੂੰ ਸਾਰਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਉੱਥੇ ਹੀ ਸਰਕਾਰ ਦੇ ਇਹਨਾਂ ਦਾਅਵਿਆਂ ਦੀਆਂ ਪੋਲਾਂ ਲੁਧਿਆਣਾ ਦੇ ਡਾਕਟਰ ਖੋਲ ਰਹੇ ਨੇ ਜਿਨ੍ਹਾਂ ਨੇ ਹਸਪੀਟਲ ਦੇ ਅੰਦਰ ਹੀ ਧਰਨਾ ਲਾ ਦਿੱਤਾ ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਉਹਨਾਂ ਦੇ ਵਰਤਣ ਲਈ ਸਮਾਨ ਸਾਰਾ ਘਟੀਆ ਕੁਆਲਿਟੀ ਦਾ ਹੈ ਅਤੇ ਇਸ ਦੇ ਨਾਲ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨਾਲ ਲੜਦੇ ਲੜਦੇ ਉਹਨਾਂ ਦੇ 4 ਡਾਕਟਰਾਂ ਨੂੰ ਵੀ ਕੋਰੋਨਾ ਹੋ ਗਿਆ ਹੈ ਸਾਡਾ ਜਿਹੜਾ ਹੈਗਾ ਵਾ ਸਟਾਫ ਜਿਹੜਾ ਇੰਨੀ ਮਿਹਨਤ ਨਾਲ ਕੰਮ ਕਰ ਰਿਹਾ ਅਤੇ ਅਸੀਂ ਉਹਨਾਂ ਨੂੰ ਪ੍ਰੋਪਰ ਸਮਾਨ ਨਹੀਂ ਦੇ ਰਹੇ ਹੈਗੇ ਸਾਡੇ ਆਲਰੇਡੀ 4 ਬੰਦੇ ਪੋਜ਼ਿਟਿਵ ਆ ਚੁੱਕੇ ਆ ਇਸ ਦੇ ਬਾਵਜੂਦ ਵੀ ਸਾਡਾ ਸਟਾਫ ਹੱਲੇ ਵੀ ਆਈਸੋਲੇਸ਼ਨ ਵਾਰਡ ਦੇ ਵਿੱਚ ਇਹਨਾਂ ਘਟੀਆਂ ਕਿੱਟਾਂ ਦੇ ਨਾਲ ਕੰਮ ਕਰ ਰਿਹਾ ਵਾ ਤਾਂ ਕਿ ਮਰੀਜ਼ਾਂ ਦਾ ਇਲਾਜ ਨਾ ਰੁਕੇ ਪਰ ਅਸੀਂ ਸਰਕਾਰ ਨੂੰ ਇਹ ਦਰਖਾਸਤ ਕਰਾਂਗੇ ਕਿ ਸਾਨੂੰ ਵਧੀਆ ਸਮਾਨ ਦਿੱਤਾ ਜਾਵੇ ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀਗਾ ਅਸ਼ਿਵਾ ਟੈਕਸਟਾਈਲ ਵਰਗੀਆਂ ਘਟੀਆ ਕੰਪਨੀਆਂ ਦਾ ਸਾਨੂੰ ਸਮਾਨ ਨਾ ਦਿੱਤਾ ਜਾਵੇ ਆਪਾਂ ਗੱਲ ਕਰੀਏ ਆਪਣਾ ਬਹੁਤ ਜਿਹੜੀ ਜਨਤਾ ਐਪਰੀਸ਼ੀਏਟ ਕਰ ਲਈ ਸਰ ਆਪਣਾ ਬਹੁਤ ਪਰਵਾਹ ਕਰ ਰਹੇ ਇੱਥੇ ਡਾਕਟਰ ਵਧੀਆ ਕੰਮ ਕਰ ਰਹੇ ਤੇ ਸਰ ਮਤਲਬ ਸਰਕਾਰ ਵਾਲੇ ਸਾਨੂੰ ਇਹ ਮਤਲਬ ਕਿ ਉਪਰਾਲਾ ਨਹੀਂ ਕੀਤਾ ਜਾ ਰਿਹਾ ਕੋਈ ਵਧੀਆ ਦੇਖੋ ਇਹ ਅਸੀਂ ਵਧੀਆ ਉਪਰਾਲਾ ਕੀ ਕਰ ਰਹੇ ਹਾਂ ਜੇ ਸਾਨੂੰ ਕਿੱਟਾਂ ਹੀ ਨਹੀਂ ਮਿਲ ਰਹੀਆਂ ਸਾਨੂੰ ਲੜਾਈ ਲੜਨ ਦੇ ਲਈ ਹੀ ਸਾਧਨ ਨਹੀਂ ਮਿਲ ਰਿਹਾ ਤਾਂ ਅਸੀਂ ਉਹ ਉਪਰਾਲੇ ਨੂੰ ਕੀ ਕਰਾਂਗੇ ਸਾਨੂੰ ਤਾਂ ਜੇ ਸਮਾਨ ਮਤਲਬ ਇਹ ਕਿੱਟ ਮਾਸਕ ਤਾਂ ਇਸ ਤਰ੍ਹਾਂ ਕਿ ਚਾਹੇ ਕੱਪੜਾ ਹੀ ਬੰਨ ਲਓ ਅਤੇ ਇਹ ਮਾਸਕ ਇਹ ਵਾਲਾ ਪਾ ਲਓ ਬਰਾਬਰ ਹੈਗਾ ਸਟ੍ਰਾਈਕ ਅਸੀਂ ਰਹੇਗੀ ਜਾਰੀ ਜਦ ਤੱਕ ਸਾਨੂੰ ਵਧੀਆ ਮਾਸਕ ਨਹੀਂ ਮਿਲ ਜਾਂਦੇ ਹੈਗੇ ਦੇਖੋ ਗੱਲ ਇਹ ਹੈ ਕਿ ਜਿਹੜੇ ਅੰਦਰ ਆਈਸੋਲੇਸ਼ਨ 'ਚ ਵਾਰਡ 'ਚ ਸਾਡੇ ਵਰਕਰ ਸਾਰੇ ਹੈਲਥ ਵਰਕਰ ਕੰਮ ਕਰ ਰਹੇ ਨੇ ਇਹ ਵਰਕਰ ਜੇ ਇਹੀ ਬਿਮਾਰ ਹੋ ਜਾਣਗੇ ਤਾਂ ਨੈਕਸਟ ਕਿਹੜੇ ਆ ਸਰਕਾਰ ਨੂੰ ਵੀ ਪਤਾ ਉਹਨਾਂ ਕੋਲ ਲਿਮਿਟਡ ਸੋਰਸਿਸ ਆਫ ਮੈਨ ਪਾਵਰ ਹੈਗੀ ਆ ਜੇ ਸਰਕਾਰ ਇਹ ਚੀਜ਼ ਬਾਰੇ ਨਹੀਂ ਸੋਚੇਗੀ ਜੇ ਸਮਾਨ ਦੇ ਦੁੱਖੋਂ ਹੀ ਸਾਡੇ ਵਰਕਰ ਗਿਰਨ ਲੱਗ ਗਏ ਤਾਂ ਫਿਰ ਲੋਕਾਂ ਨੂੰ ਬਚਾਉਣਾ ਤਾਂ ਬਹੁਤ ਮੁਸ਼ਕਲ ਆ ਡਾਕਟਰ ਮਰੀਜ਼ਾਂ ਨੂੰ ਬਚਾਊ ਜਾਂ ਡਾਕਟਰ ਮਰੀਜ਼ਾਂ ਨੂੰ ਬਿਮਾਰ ਕਰੂਗਾ ਇਹ ਬਹੁਤ ਵੱਡਾ ਕੁਐਸਚਨ ਹੈਗਾ ਸਰਕਾਰ ਤੇ ਸਮਾਨ ਅੱਛੀ ਕੁਆਲਿਟੀ ਦਾ ਮੇਕ ਇਨ ਇੰਡੀਆ ਦਾ ਮੋਦੀ ਜੀ ਦਾ ਨਾਰਾ ਹੈਗਾ ਪਰ ਮੇਕ ਇਨ ਇੰਡੀਆ ਵਿੱਚ ਪ੍ਰੋਪਰ ਕੁਆਲਿਟੀ ਵਰਕ ਵੀ ਤਾਂ ਹੋਣਾ ਚਾਹੀਦਾ ਇਕੱਲਾ ਮੇਕ ਇਨ ਇੰਡੀਆ ਦਾ ਮਾਸਕ ਤੁਸੀਂ ਵੀ ਲਾਇਆ ਹੋਇਆ ਪਰ ਤੁਸੀਂ ਇਹ ਮਾਸਕ ਲਾ ਕੇ ਆਈਸੋਲੇਸ਼ਨ ਵਾਰਡ 'ਚ ਚੱਲੋਗੇ ਤਾਂ ਨਾਲ ਹੀ ਬਿਮਾਰ ਹੋ ਸਾਡੇ ਅਸੀਂ 2 ਮਹੀਨੇ ਤੋਂ ਲਗਾਤਾਰ ਕੋਰੋਨਾ ਲੜਾਈ ਲੜ ਰਹੇ ਹਾਂ ਸਾਨੂੰ ਬੜੀ ਅੱਛੀ ਕੁਆਲਿਟੀ ਦਾ ਸਮਾਨ ਪ੍ਰੋਵਾਈਡ ਹੋ ਰਿਹਾ ਸੀਗਾ ਬਟ ਪਿਛਲੇ 1.5 ਹਫਤੇ ਤੋਂ ਸਾਨੂੰ ਜਿਹੜਾ ਸਮਾਨ ਪ੍ਰੋਵਾਈਡ ਹੋ ਰਿਹਾ ਹੈ ਉਹ ਬਹੁਤ ਘਟੀਆ ਕੁਆਲਿਟੀ ਦਾ ਸਮਾਨ ਪ੍ਰੋਵਾਈਡ ਹੋ ਰਿਹਾ ਹੈ ਜਿਹਦੇ ਕਰਕੇ ਸਾਡਾ 4 ਸਟਾਫ ਇਸ ਬਿਮਾਰੀ ਚਪੇਟ 'ਚ ਆ ਚੁੱਕਿਆ ਹੈ ਅਸੀਂ ਪਹਿਲਾਂ ਵੀ ਚਿੱਠੀ ਲਿਖ ਕੇ ਦੇ ਚੁੱਕੇ ਹਾਂ ਕਿ ਸਾਨੂੰ ਇਸ ਕੁਆਲਿਟੀ ਦਾ ਸਮਾਨ ਮਨਜ਼ੂਰ ਨਹੀਂ ਹੈ ਬਟ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਗਈ ਬਟ ਹੁਣ ਜਦ ਸਾਡੇ ਨਾਲ ਦੇ ਸਾਡੇ ਜਿਹੜੇ ਭਾਈ ਭੈਣ ਨੇ ਉਹ ਬਿਮਾਰੀ ਚਪੇਟ 'ਚ ਆਉਣ ਲੱਗ ਪਏ ਨੇ ਸਾਡੇ ਤੋਂ ਇਹ ਬਰਦਾਸ਼ਤ ਨਹੀਂ ਹੋ ਸਕਦਾ ਫੌਜ ਦੇ ਵਿੱਚ ਜਦ ਵੀ ਕੋਈ ਆਪਣਾ ਫੌਜੀ ਮਰਦਾ ਹੈ ਸਭ ਤੋਂ ਜ਼ਿਆਦਾ ਦੁੱਖ ਉਹਦੇ ਨਾਲ ਦੇ ਫੌਜੀ ਨੂੰ ਹੁੰਦਾ ਹੈ ਇੱਦਾਂ ਹੀ ਸਾਡੇ ਜਿਹੜੇ ਨਾਲ ਦੇ ਹੈ ਸਾਡੇ ਫੌਜੀ ਨੇ ਜਿਹੜੇ ਲੜ ਰਹੇ ਨੇ ਉਹ ਇਸ ਬਿਮਾਰੀ ਚਪੇਟ 'ਚ ਆਉਣ ਲੱਗ ਪਏ ਕਿਉਂਕਿ ਸਾਨੂੰ ਘਟੀਆ ਕੁਆਲਿਟੀ ਦਾ ਸਮਾਨ ਪ੍ਰੋਵਾਈਡ ਹੋ ਰਿਹਾ ਅਸੀਂ ਇਸੇ ਕਰਕੇ ਕਿ ਜੋ ਸਾਡਾ ਰਾਈਟ ਹੈ ਅਸੀਂ ਆਪਣੀ ਡਿਊਟੀ ਤੋਂ ਨਹੀਂ ਭੱਜ ਰਹੇ ਅਸੀਂ ਇਸ ਲੜਾਈ ਤੋਂ ਨਹੀਂ ਭੱਜ ਰਹੇ
बट सानू वधिया क्वालिटी का समान प्रोवाइड करो ताकि असी अपनी जी मनुखता की सेवा है उन्हें इस तरह तो इस तरह बैटर कर सकी। एक एक नॉर्मल मास्क क्या होता है ओरिजिनली आ होता है इसके लेयर्स ये सीधा क्वालिटी ये फिल्टर की क्वालिटी देखो आ दिखाई दे ये फिल्टर लेयर व्हिच ट्रैप्स द वायरस ते ये विच आ वाला फिल्टर लगे हुआ है जो पेपर फिल्टर जो मॉइस्चर को कंट्रोल करता है ते आ बाहरों फिल्टर लगे हुआ है ये क्वालिटी गिर रहा है जबकि पूरा खतरा हो रहा है ऑलरेडी तीन कोरोना पॉजिटिव कोरोना वायरस की भयानक महामारी नाल पूरा विश्व जूझ रहा है ते उत्थे ही सफाई सेवक डॉक्टर ते पुलिस कर्मचारी अगे आके लोगों की सहायता कर रहे हैं पर इन्हां ने सरकार उत्ते दोष लाए हैं कि सरकार वालों इन्हां नूं दिता जा रहा समान घटिया क्वालिटी का है। सरकार नूं चाहिदा है कि अगले फ्रंट ते लड़न वालियां लई वधिया क्वालिटी का समान होना चाहिए है तां जो इन्हां दा हौसला ना डोले ते इन्हां नूं भयानक बीमारी ना लगे तां जो इह लोगों की सेवा कर सकन। ब्यूरो रिपोर्ट चैनल पंजाबी। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।